ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਮੈਂ ਹਰਿੰਦਰ ਸਿੰਘ ਸਮਰਾਲੇ ਤੋਂ ਪਿੰਡ ਮੁੱਤਿਓ ਅੱਜ ਆਪਾਂ ਜੀ ਸਰਫ ਸੀਡਰ ਦੇ ਨਾਲ ਬਿਜਾਈ ਕਰ ਰਹੇ ਹਾਂ ਵਧੀਆ ਤਕਨੀਕ ਹੈ ਜੀ ਇਹ ਅਤੇ ਮਸ਼ੀਨ ਦੀ ਵੀ ਬਹੁਤ ਮਤਲਬ ਜਿਹੜੀ ਹੈਗੀ ਆ ਵੀ ਸਫਾਈ ਆ ਜਿਹੜੀ ਪਰਾਲੀ ਆ ਇੱਕ ਸਾਰ ਉਹਨੂੰ ਵਿਛਾ ਰਹੀ ਆ ਜ਼ਿਆਦਾ ਮਿਹਨਤ ਦੀ ਲੋੜ ਨਹੀਂ ਹੈਗੀ ਤੇਲ ਦਾ ਖਰਚਾ ਵੀ ਘੱਟਦਾ ਖਾਦ ਅਤੇ ਬੀਜ ਆਪ ਹੀ ਪਾ ਰਹੀ ਆ ਪਹਿਲਾਂ ਆਪਾਂ ਨੂੰ ਛਿੱਟਾਂ ਮਾਰਨਾ ਪੈਂਦਾ ਸੀਗਾ ਤਕਰੀਬਨ 5 ਸਾਲ ਤੋਂ ਆਪਾਂ ਇਸ ਤਕਨੀਕ ਦੇ ਨਾਲ ਬਿਜਾਈ ਕਰਦੇ ਹਾਂ ਪਹਿਲਾਂ ਆਪਾਂ 2 ਸਾਲ ਕਟਰ ਦਾ ਯੂਜ਼ ਕੀਤਾ ਛਿੱਟਾਂ ਮਾਰ ਕੇ ਫਿਰ ਉਸ ਤੋਂ ਬਾਅਦ 2 ਸਾਲ ਆਪਾਂ ਨੇ ਮਲਚਰ ਨੂੰ ਫੇਰਿਆ ਪਰ ਛਿੱਟਾਂ ਮਾਰਨ ਅਤੇ ਡੀ ਏ ਪੀ ਪਾਉਣ ਦੇ ਉੱਪਰ ਕਾਫੀ ਮਿਹਨਤ ਆਉਂਦੀ ਸੀਗੀ ਤਕਰੀਬਨ ਆਪਣੇ ਜਿਹੜੀ 27 ਜਾਂ 28 ਏਕੜ ਦਾ ਹੁੰਦਾ ਏਰੀਆ ਜਿਹੜਾ ਆਪਾਂ ਸਰਫ ਸੀਡਰ ਦੇ ਨਾਲ ਬੀਜਦੇ ਹਾਂ ਅਤੇ ਫਿਰ ਇਸ ਤਕਨੀਕ ਦਾ ਆਪਾਂ ਨੂੰ ਮਤਲਬ ਮਸ਼ੀਨ ਨਾਲ ਬਹੁਤ ਫਾਇਦਾ ਹੋ ਗਿਆ ਕਿ ਆਪਣੀ ਜਿਹੜੀ ਮਿਹਨਤ ਬਹੁਤ ਘੱਟ ਗਈ ਛਿੱਟਾਂ ਮਾਰਨ ਦੀ ਤੁਸੀਂ ਦੇਖੋ ਬਈ ਬਿਲਕੁਲ ਇੱਕ ਸਾਰ ਪਰਾਲੀ ਵਿਛਾ ਦਿੱਤੀ ਆ ਅਤੇ ਇਹਦੇ ਉੱਪਰ ਜੀ ਆਪਾਂ ਹੁਣ ਕੀ ਕਰਨਾ ਜਦੋਂ ਬਿਜਾਈ ਹੋਜੂ 25 ਕਿਲੋ ਯੂਰੀਆ ਲੈ ਕੇ ਛਿੱਟਾਂ ਮਾਰ ਦੇਣਾ ਆਪਾਂ ਨੇ ਪਰਾਲੀ ਦੇ ਉੱਪਰ ਅਤੇ ਉਦੋਂ ਬਾਅਦ ਹਲਕਾ ਪਾਣੀ ਲਗਾ ਦੇਣਾ ਜਿਹਦੇ ਨਾਲ ਕੀ ਆ ਜੀ ਜਰਮੀਨੇਸ਼ਨ ਹੋ ਜਾਂਦਾ ਆਪਣੇ ਕਣਕ ਦਾ ਅਤੇ ਕਣਕ ਪਰਾਲੀ 'ਚੋਂ ਬਾਹਰ ਆ ਜਾਂਦੀ ਆ ਇਹਦੇ ਨਾਲ ਗੁੱਲਣ ਦੀ ਸਮੱਸਿਆ ਵੀ ਨਹੀਂ ਆਉਣੀ ਕਿਉਂਕਿ ਆਪਾਂ ਮਿੱਟੀ ਤਾਂ ਹਿਲਾਈਓ ਨਹੀਂ ਅਤੇ ਨਾ ਕੋਈ ਸਪਰੇਅ ਕਰਨ ਦੀ ਲੋੜ ਪੈਣੀ ਆ ਤੁਹਾਨੂੰ ਇਹਦੇ ਨਾਲ ਝਾੜ ਵੀ ਵਧੀਆ ਰਹਿਣਾ ਅਤੇ ਕਣਕ ਗਿਰਦੀ ਵੀ ਘੱਟ ਆ ਇਹ ਤੂੜੀ ਵਧੀਆ ਬਣਦੀ ਆ ਕਿਉਂਕਿ ਇਹਦਾ ਜਿਹੜਾ ਨਾਲੀ ਆ ਬਹੁਤ ਮੋਟੀ ਬਣਦੀ ਆ ਜੀ ਅਤੇ ਇਸ ਤਕਨੀਕ ਨੂੰ ਅਪਣਾਓ ਚਾਹੇ ਤੁਸੀਂ 1 ਏਕੜ ਤੋਂ ਮਤਲਬ 1 ਕਿੱਲੇ ਤੋਂ ਟਰਾਇਲ ਕਰ ਲਓ ਤੁਹਾਨੂੰ ਪਤਾ ਲੱਗ ਜੂਗਾ ਅਗਲੇ ਸਾਲ ਤੋਂ ਫਿਰ ਇਸ ਵੀ ਉਹਨੂੰ ਵਧਾ ਸਕਦੇ ਹੋ ਜਿਹੜੇ ਆਪਾਂ ਬੜੇ ਟਰੈਕਟਰ ਬੜੀਆਂ ਮਸ਼ੀਨਰੀਆਂ ਦੀ ਆਪਾਂ ਲੋੜ ਪੈਂਦੀ ਆ ਬਿਜਾਈ ਕਰਨ ਖਾਤਰ ਉਹਦੀ ਜ਼ਰੂਰਤ ਨਹੀਂ ਹੈ ਨਾ ਆਪਾਂ ਨੂੰ ਅੱਗ ਲਗਾਉਣ ਦੀ ਜ਼ਰੂਰਤ ਆ ਦੇਖੋ ਜੀ ਆਹ ਆਪਣੇ ਪਾਣੀ ਲਗਾ ਚੁੱਕੇ ਹਾਂ ਇਹਨੂੰ ਤੁਸੀਂ ਦੇਖੋ ਇਹ ਵੀ ਪਰਾਲੀ 1 ਸਾਰ ਪਈ ਆ ਅਤੇ PAU ਦੇ ਵਾਈਸ ਚਾਂਸਲਰ ਡਾਕਟਰ ਗੋਸਲ ਜੀ ਜਿਨ੍ਹਾਂ ਨੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਆਪਣੇ ਪਿੰਡ ਕਿਸਾਨ ਮੇਲਾ ਲਗਾਇਆ ਸੀ ਅਤੇ ਦਿਖਾਇਆ ਸੀ ਜਿਹੜੀ ਮਲਚਿੰਗ ਤਕਨੀਕ ਜਿਹੜੀ ਸਰਫ ਸੀਡਰ ਤਕਨੀਕ ਆ ਵੀ ਇਹ ਕਿੱਦਾਂ ਮਤਲਬ ਕਣਕ ਖੜੀ ਆ ਅਤੇ ਝਾੜ ਵੀ ਕਿੱਦਾਂ ਰਿਹਾ ਇਹਦਾ ਅਤੇ ਕਾਫੀ ਕਿਸਾਨ ਭਰਾਵਾਂ ਨੇ ਆ ਕੇ ਇਹਦੇ ਵਿੱਚ ਮਤਲਬ ਨੌਲੇਜ ਲਈ ਅਤੇ ਮੈਂ ਧੰਨਵਾਦੀ ਹਾਂ ਜੀ ਇਹਨਾਂ ਦਾ ਜਿਨ੍ਹਾਂ ਨੇ ਇਸ ਮਸ਼ੀਨ ਨੂੰ ਵੀ ਕਿਸਾਨਾਂ ਦੇ ਵਿੱਚ ਲੈ ਕੇ ਆਉਂਦਾ ਡਾਕਟਰ ਗੋਸਲ ਜੀ ਇਹਦੇ ਨਾਲ ਆਪਣੇ ਕੰਮ ਬਹੁਤ ਸੌਖੇ ਹੋ ਗਏ ਜੀ ਖਰਚੇ ਬਹੁਤ ਘੱਟ ਗਏ ਥੋੜ੍ਹਾ ਜਿਹਾ ਮੈਂ ਕਿਸਾਨ ਭਰਾਵਾਂ ਨੂੰ ਇੱਕ ਹੋਰ ਅਪੀਲ ਕਰਨੀ ਚਾਹੁੰਦਾ ਕਿ ਜਦੋਂ ਵੀ ਆਪਾਂ ਕਣਕ ਦੀ ਬਿਜਾਈ ਕਰਦੇ ਹਾਂ ਥੋੜ੍ਹਾ ਜਿਹਾ ਆਪਾਂ ਨੂੰ ਨਾ ਬੀਜ ਨੂੰ ਸੋਧ ਲੈਣਾ ਚਾਹੀਦਾ ਕਿਉਂਕਿ ਚਾਹੇ ਉਹ ਆਪਾਂ ਕਣਕ ਵਾਹ ਕੇ ਬੀਜ ਰਹੇ ਹਾਂ ਖੇਤਾਂ ਨੂੰ ਚਾਹੇ ਆਪਾਂ ਇਸ ਤਰੀਕ ਦੇ ਨਾਲ ਬੀਜ ਰਹੇ ਹਾਂ ਆਹ ਦੇਖੋ ਜੀ ਆਪਾਂ ਨੇ ਕਣਕ ਦੀ ਜਿਹੜੀ ਮਤਲਬ ਪਹਿਲਾਂ ਆਪਾਂ ਨੇ ਕੀਟਨਾਸ਼ਕ ਦਵਾਈ ਦੇ ਨਾਲ ਫਿਰ ਆਪਾਂ ਨੇ ਫੰਗੀਸਾਈਡ ਦਵਾਈ ਦੇ ਨਾਲ ਚੰਗੇ ਤਰ੍ਹਾਂ ਹੱਥਾਂ ਨਾਲ ਮਲ ਕੇ ਇਹਨੂੰ ਕਣਕ ਨੂੰ ਲਗਾਇਆ ਉਸ ਤੋਂ ਬਾਅਦ ਅਸੀਂ ਜਵਾਣੂ ਖਾਦ ਦਾ ਟੀਕਾ ਲਗਾਇਆ ਜੀ ਜਿਹੜਾ PAU ਤੋਂ ਮਿਲਦਾ ਆਪਾਂ ਨੂੰ ਮੈਂ ਤੁਹਾਨੂੰ ਦਿਖਾ ਦਿੰਦਾ ਪੈਕਟ ਵੀ ਆਪਣੇ ਕੋਲ ਪਿਆ ਉਹ ਇੱਦਾਂ ਦਾ ਹੈਗਾ ਜੀ ਇਹ ਜਿਹੜਾ ਜੀ ਆਪਾਂ ਮਤਲਬ ਕਨਸ਼ੋਰੀਅਮ ਹੈਗਾ ਜੀ ਇਹ ਜੈਵਿਕ ਖਾਦ ਦਾ ਟੀਕਾ ਉਸ ਤੋਂ ਬਾਅਦ ਆਪਾਂ ਇਹਨੂੰ ਛਾਵਾਂ ਦੇ ਵਿੱਚ ਥੋੜ੍ਹੀ ਜਿਹੀ ਹਵਾ ਲਗਾ ਦੇਣੀ ਹੈ ਕਣਕ ਨੂੰ ਉਸ ਤੋਂ ਬਾਅਦ ਮਸ਼ੀਨ ਦੇ ਵਿੱਚ ਆਪਾਂ ਨੇ ਇਹਨੂੰ ਪਾ ਕੇ ਬਿਜਾਈ ਕਰ ਦੇਣੀ ਆ ਇਸ ਤਕਨੀਕ ਦੇ ਨਾਲ ਜੀ ਆਪਾਂ ਨੇ ਮਤਲਬ ਕਣਕ ਵੀ ਬੀਜੀ ਆ ਸਰੋਂ ਵੀ ਬੀਜੀ ਆ ਤਕਨੀਕ ਵਧੀਆ ਲੱਗਦੀ ਹੈ ਜੀ ਆਪਾਂ ਨੂੰ ਤਾਂ ਇਹ ਖਰਚਾ ਘੱਟ ਆ ਅਤੇ ਆਮਦਨ ਵੀ ਵਧੀਆ ਤੁਸੀਂ ਵੀ ਅਪਣਾਓ ਚਾਹੇ 1-1 ਏਕੜ ਤੋਂ ਸ਼ੁਰੂ ਕਰੋ ਮੈਂ ਵੀ 2 ਏਕੜ ਤੋਂ ਸ਼ੁਰੂ ਕੀਤਾ ਸੀਗਾ ਪਰ ਦੂਸਰੇ ਸਾਲ 15 ਫਿਰ 25-30 ਇੱਦਾਂ ਹੀ ਮਤਲਬ ਜਿੰਨਾ ਜਿੰਨਾ ਹੈਗਾ ਉਸ ਹਿਸਾਬ ਨਾਲ ਆਪਾਂ ਇਹਨੂੰ ਵਧਾ ਰਹੇ ਹਾਂ ਏਰੀਏ ਨੂੰ ਖਰਚਾ ਬਹੁਤ ਘੱਟ ਰਿਹਾ ਜੀ ਇਹਦੇ ਨਾਲ ਆਪਣਾ ਧੰਨਵਾਦ ਕਿਸਾਨ ਭਰਾਵੋ